ਨੌਕਰੀਆਂ ਦੇ ਕੈਪਟਨ ਸਾਹਿਬ ਨੇ ਸਿਰਫ ਦੋ ਦਿੱਤੀਆਂ ਪੰਜਾਬ ਸਰਕਾਰ ਨੇ ਇੱਕ ਤੇ ਸਰਦਾਰ ਬੀਨ ਸਿੰਘ ਦੇ ਪੁੱਤਰੇ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਤੇ ਦੂਸਰੀ ਆ ਪ੍ਰਸ਼ਾਂਤ ਕਿਸ਼ੋਰ ਨੂੰ ਨੌਕਰੀ ਦਿੱਤੀ ਨਸ਼ਾ ਬੰਦ ਘਰ ਘਰ ਨੌਕਰੀ ਤੇ ਪੈਨਸ਼ਨ ਸਕੀਮਾਂ ਵਾਲਾ ਹੁਣ ਸ਼ੋਰ ਨਹੀਂ ਚੱਲਣਾ ਕੈਪਟਨ ਸਾਹਿਬ ਤੁਸੀਂ ਹੁਣ ਜੋ ਮਰਜ਼ੀ ਕਰ ਲਓ ਹੁਣ ਪ੍ਰਸ਼ਾਂਤ ਕਿਸ਼ੋਰ ਨਹੀਂ ਚੱਲਣਾ ਤੁਸੀਂ ਉਸ ਬੰਦੇ ਦੀ ਕ੍ਰੈਡੀਬਿਲਟੀ ਵੇਖੋ ਕਿ ਉਹ ਪੰਜਾਬ 'ਚ ਕੈਪਟਨ ਸਾਹਿਬ ਨਾਲ ਆ ਦਿੱਲੀ 'ਚ ਕੇਜਰੀਵਾਲ ਨਾਲ ਆ ਬਿਹਾਰ ਚ ਨितीश ਕੁਮਾਰ ਨਾਲ ਆ ਮਮਤਾ ਮੈਨਰਜੀ ਨਾਲ ਵੈਸਟ ਬੰਗਾਲ ਚ ਉਸ ਬੰਦੇ ਦੀ ਕ੍ਰੈਡੀਬਿਲਟੀ ਦੱਸੋ ਕੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਸ ਸਮੇਂ ਰਾਜਨੀਤਿਕ ਫੇਜ਼ਾ ਚ ਹੈਗੀਆਂ ਉਹਨਾਂ ਨੇ ਆਪਣੇ ਰਾਜਨੀਤਿਕ ਕਾਰਜਕ੍ਰਮ ਕਰਨੇ ਆ ਪਰ ਕਿਸਾਨ ਸੰਮੇਲਨ ਦੇ ਨਾਂ ਦੇ ਉੱਤੇ ਜਿਹੜਾ ਕੱਲ ਕੇਜਰੀਵਾਲ ਸਾਹਿਬ ਨੇ ਪ੍ਰੋਗਰਾਮ ਕੀਤਾ ਉਹ ਸਾਰੀ ਦੁਨੀਆ ਨੇ ਦੇਖਿਆ ਜਿੱਦੇ ਚ ਕੋਈ ਕਿਸਾਨਾਂ ਨਾਲ ਹੀ ਗੱਲ ਨਹੀਂ ਕੀਤੀ ਗਈ ਸਵਾਏ ਕਿਸਾਨਾਂ ਦੇ ਇੱਕ ਬੋਰਡ ਦੇ ਉੱਤੇ ਨਮਨ ਕਰਨ ਤੋਂ ਇਲਾਵਾ ਅਗਰ ਕਿਸਾਨਾਂ ਨੂੰ ਸਲੂਟ ਕਰਨਾ ਸੀ ਤੇ ਉਹ ਦਿੱਲੀ ਦੇ ਬਾਰਡਰ ਦੇ ਕਿਸਾਨ ਬੈਠੇ ਉੱਥੇ ਸਲੂਟ ਕਰ ਲੈਂਦੇ ਜਾਂ ਜਿਹੜੇ 282 ਕਿਸਾਨਾਂ ਦੀ ਲਿਸਟ ਉਹਨਾਂ ਨੇ ਲਾਈ ਜਿਹੜੇ ਸ਼ਹੀਦ ਹੋ ਗਏ ਇਸ ਕਿਸਾਨ ਸੰਘਰਸ਼ ਦੇ ਵਿੱਚ ਉਹਨਾਂ ਦੇ ਘਰ ਜਾਂਦੇ ਜੇ ਸਲੂਟ ਕਰਨੀ ਆਏ ਸੀ ਤੇ ਉਹਨਾਂ ਦੇ ਘਰ ਜਾਂਦੇ ਉੱਥੇ ਜਾ ਕੇ ਉਹਨਾਂ ਦਾ ਸਨਵੇਦਨਾ ਪ੍ਰਗਟ ਕਰਦੇ ਜੇ 2022 ਦੇ ਇਲੈਕਸ਼ਨ ਇਸ ਸਾਲ ਇਹ ਇਲੈਕਸ਼ਨ Year ਨਾ ਹੁੰਦਾ ਤੇ ਫੇਰ ਉਹਨਾਂ ਨੇ ਅਜੇ ਵੀ ਪੰਜਾਬ ਨਹੀਂ ਆਉਣਾ ਸੀ ਮੋਤੀ ਸਾਹਿਬ ਇਸ ਗੱਲ ਤੋਂ ਪਰੇਸ਼ਾਨ ਨਹੀਂ ਆ ਕਿ ਕਿਸਾਨੀ ਇਹ ਇਹਨਾਂ ਨੂੰ ਸਮਝਾ ਨਹੀਂ ਪਾ ਰਹੇ ਅਸੀਂ ਉਹ ਇਸ ਗੱਲੋਂ ਪਰੇਸ਼ਾਨ ਨੇ ਕਿ ਪੰਜਾਬ ਦੇ ਲੋਕਾਂ ਨੂੰ ਕਾਲੇ ਕਾਨੂੰਨ ਸਮਝ ਕਿਵੇਂ ਆ ਗਏ ਇਹ ਕੈਪਟਨ ਸਾਹਿਬ ਦਾ ਜਿਹੜਾ 4 ਸਾਲ ਦਾ ਮੈਂ ਉਹਦੇ ਤੇ 4 ਕਲਾਈਨਾਂ ਲਿਖੀਆਂ ਸੀ ਇੱਕ ਦਿਨ ਉਹ ਸੀ ਕਿ ਕੈਪਟਨ ਸਾਹਿਬ ਨੇ ਰਿਪੋਰਟ ਕਾਰਡ ਪੇਸ਼ ਕਰ ਦਿੱਤਾ ਸਾਲ ਚੋਂ ਦਾ ਗੁਟਕਾ ਸਾਹਿਬ ਚੱਕ ਕੇ ਖਾਦੀ ਸੌਂਦਾ ਮਾਫੀਆ ਦੇ ਲੁੱਟੂ ਇਰਾਦਿਆਂ ਦਾ ਤੇ ਖੌਤੀ 85% ਕਹਿੰਦੇ ਵਾਦੇ ਪੂਰੇ ਕਰਦੇ ਖੋਤੀ 85% ਪੂਰੇ ਕੀਤੇ ਵਾਅਦਿਆਂ ਦਾ ਪੰਜਾਬ ਮੰਗਦਾ ਹੈ ਜਵਾਬ ਤੁਹਾਨੂੰ ਪਤਾ ਹੈ ਕਾਲੇ ਕਾਨੂੰਨ ਬਣਾਉਣ 'ਚ ਹਿੱਸੇਦਾਰ ਰਹੇ ਆ ਕੈਪਟਨ ਸਾਹਿਬ ਨੇ ਆਪ ਫੋਨ ਕਰਕੇ ਉਸ ਕਮੇਟੀ ਦਾ ਹਿੱਸਾ ਬਣਨ ਦੀ ਮੰਗ ਕੀਤੀ ਸੀ ਮੋਦੀ ਸਾਹਿਬ ਤੋਂ ਕੈਪਟਨ ਸਾਹਿਬ ਤੇ ਉਸ ਦਿਨ ਸੌਹ ਤੋਂ ਵੀ ਮੁੱਕਰ ਗਏ ਜਿਹੜੀ ਉਹ ਕਹਿੰਦੇ ਵੀ ਮੈਂ ਨਸ਼ੇ ਦਾ ਲੱਕ ਨਸ਼ਾ ਮਕਾਉਣ ਲਈ ਨਹੀਂ ਨਸ਼ੇ ਦਾ ਲੱਕ ਤੋੜਨ ਲਈ ਸੌਹ ਖਾਧੀ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦੀ ਪਾਰਟੀ ਦੇ ਸੁਪਰੀਮੋ ਬੀਤੇ ਦਿਨ ਅੰਮ੍ਰਿਤਸਰ ਅਤੇ ਪੰਜਾਬ ਦੀ ਰੈਲੀਆਂ ਕਰਨ ਵਾਸਤੇ ਪਹੁੰਚੇ ਹੋਏ ਸਨ ਅਤੇ ਲਗਾਤਾਰ ਹੀ ਜਦੋਂ ਵੀ ਉਹ ਪੰਜਾਬ ਵਿੱਚ ਆਉਂਦੇ ਨੇ ਕਾਫੀ ਵਾਦ-ਵਿਵਾਦ ਜਿਹੜਾ ਆ ਉਹ ਸਾਹਮਣੇ ਆਂਦਾ ਹੈ ਹਾਲਾਂਕਿ ਕਿਸਾਨ ਨੂੰ ਲੈ ਕਿਸਾਨੀ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਵਿਚਾਰ ਰੈਲੀ ਕੱਢੀ ਗਈ ਲੇਕਿਨ ਉਹਦਾ ਮਹੱਤਵ ਜਿਹੜਾ ਸੀਗਾ ਉਹ ਅਲੱਗ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਇਸੇ ਵਾਪਸ ਆਣਾ ਗੱਲਬਾਤ ਕਰਨ ਲਈ ਤਿਆਰ ਨੇ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ ਆਰਪੀ ਮੈਣੀ ਜੀ ਆਰਪੀ ਮੈਣੀ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਣੀ ਸਾਹਿਬ ਹਮੇਸ਼ਾ ਹੀ ਜਿਸ ਤਰ੍ਹਾਂ ਮੇਰੀ ਸ਼ੁਰੂਆਤ ਹੈ ਕਿ ਅਰਵਿੰਦ ਕੇਜਰੀਵਾਲ ਜਦੋਂ ਵੀ ਪੰਜਾਬ ਚ ਪਹੁੰਚਦੇ ਨੇ ਹਮੇਸ਼ਾ ਹੀ ਕਹਿੰਦੇ ਕੁਛ ਨੇ ਹੁੰਦਾ ਕੁਛ ਆ ਕਿਸਾਨਾਂ ਲਈ ਆਵਾਜ਼ ਚੁੱਕਣ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਉੱਥੇ ਅਕਾਲੀ ਦਲ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਭੰਨਦੇ ਹੋਏ ਨਜ਼ਰ ਆਇ ਸ਼ਾਇਦ ਮੇਰੇ ਖਿਆਲ ਚੋਣਾ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜੋਂ ਆਏ ਹੁਣ 2022 ਦੀਆਂ ਚੋਣਾ ਆਉਣੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਇਸ ਸਮੇਂ ਰਾਜਨੀਤਿਕ ਫਿਜ਼ਾ 'ਚ ਹੈਗੀਆਂ ਉਹਨਾਂ ਨੇ ਆਪਣੇ ਰਾਜਨੀਤਿਕ ਕਾਰਜਕ੍ਰਮ ਕਰਨੇ ਆ ਪਰ ਕਿਸਾਨ ਸੰਮੇਲਨ ਦੇ ਨਾਂ ਦੇ ਉੱਤੇ ਜਿਹੜਾ ਕੱਲ ਕੇਜਰੀਵਲ ਸਾਹਿਬ ਨੇ ਪ੍ਰੋਗਰਾਮ ਕੀਤਾ ਉਹ ਸਾਰੀ ਦੁਨੀਆ ਨੇ ਦੇਖਿਆ ਜਿੱਦੇ 'ਚ ਕੋਈ ਕਿਸਾਨਾਂ ਲਈ ਗੱਲ ਨਹੀਂ ਕੀਤੀ ਗਈ ਸवाय ਕਿਸਾਨਾਂ ਦੇ ਇੱਕ ਬੋਰਡ ਦੇ ਉੱਤੇ ਨਮਨ ਕਰਨ ਤੋਂ ਇਲਾਵਾ ਕੋਈ ਕਿਸਾਨਾਂ ਨੂੰ ਉਹਨਾਂ ਨੇ ਕਿਹਾ ਮੈਂ ਕਿਸਾਨਾਂ ਨੂੰ ਸਲੂਟ ਕਰ ਲਈ ਆਂ ਅਗਰ ਕਿਸਾਨਾਂ ਨੂੰ ਸਲੂਟ ਕਰਨਾ ਸੀ ਤੇ ਉਹ ਦਿੱਲੀ ਦੇ ਬਾਰਡਰ ਦੇ ਕਿਸਾਨ ਬੈਠੇ ਉੱਥੇ ਸਲੂਟ ਕਰ ਲੈਂਦੇ ਜਾਂ ਜਿਹੜੇ 282 ਕਿਸਾਨਾਂ ਦੀ ਲਿਸਟ ਉਹਨਾਂ ਨੇ ਲਾਈ ਜਿਹੜੇ ਸ਼ਹੀਦ ਹੋ ਗਏ ਇਸ ਕਿਸਾਨ ਸੰਘਰਸ਼ ਦੇ ਵਿੱਚ ਉਹਨਾਂ ਦੇ ਘਰ ਜਾਂਦੇ ਜੇ ਸਲੂਟ ਕਰਨੀ ਆਏ ਸੀ ਤੇ ਉਹਨਾਂ ਦੇ ਘਰ ਜਾਂਦੇ ਉੱਥੇ ਜਾ ਕੇ ਉਹਨਾਂ ਦਾ ਸੰਵੇਦਨਾ ਪ੍ਰਗਟ ਕਰਦੇ ਇਹ ਤੇ ਸਿਰਫ ਇੱਕ ਰਾਜਨੀਤਿਕ ਸਟੰਟ ਸੀ ਜਿਵੇਂ ਬਲਬੀਰ ਸਿੰਘ ਰਾਜਵੇਲ ਸਾਹਿਬ ਨੇ ਵੀ ਕਿਹਾ ਕਿ ਇਹ ਜਿਹੜਾ ਇੱਕ ਸਿਆਸੀ ਸਟੰਟ ਆ ਇਹ ਤਾਂ ਕਿਸਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਾਕੀ ਆਪਾਂ ਸਾਰਿਆਂ ਨੇ ਮੈਂ ਉਹਨਾਂ ਦਾ ਭਾਸ਼ਣ ਬੜੇ ਧਿਆਨ ਨਾਲ ਸੁਣਿਆ ਤੇ ਮੈਂ ਇਸ ਸਿੱਟੇ ਤੇ ਪਹੁੰਚਿਆ ਕਿ ਉਹ ਜਿਹੜੇ ਕੈਪਟਨ ਸਾਹਿਬ ਦਾ ਕਾਰਡ ਉਹਨਾਂ ਨੇ ਇੱਕ ਬਹੁਤ بار بار ਵਖਾਇਆ ਕਿ ਇਹ ਜਿਹੜਾ ਕਾਰਡ ਹੈ ਜਿਹੜਾ ਕੈਪਟਨ ਸਾਹਿਬ ਨੇ ਇਸ਼ੂ ਕੀਤਾ ਸੀ ਇਸ ਕਾਰਡ ਨੂੰ ਤੁਸੀਂ ਹੁਣ ਰੋਜ਼ ਵੇਖਿਆ ਕਰੋ ਸਾਰਾ ਸਾਲ ਇਸ ਕਾਰਡ ਨੂੰ ਵੇਖਿਆ ਕਰੋ। ਮੈਂ ਤੇ ਸਮਝਦਾ ਕਿ ਉਸ ਕਾਰਡ ਨੂੰ ਰੀਨਿਊ ਕਰਨ ਵਾਸਤੇ ਇਹ ਕੇਜਰੀਵਾਲ ਸਾਹਿਬ ਨੇ ਕੱਲ ਫੇਰੀ ਪੰਜਾਬ ਚ ਪਾਈ ਆ ਕਿ ਦੋਵੇਂ ਇੱਕ ਹੀ ਥੈਲੀ ਦੇ ਚਟੇ-ਬੱਟੇ ਆ। ਉਹ ਜਿਹੜਾ ਕਾਰਡ ਆ ਉਹ ਨੌਕਰੀ ਆਸਤੇ ਸੀ ਜੇ ਨੌਕਰੀ ਨਹੀਂ ਮਿਲੀ ਤੇ ਉਹ ਭੱਤੇ ਆਸਤੇ ਸੀ ਤੇ ਉਹ ਜਿਹੜਾ ਕੇਜਰੀਵਾਲ ਸਾਹਿਬ ਕੈਪਟਨ ਸਾਹਿਬ ਦੇ ਦਿੱਤੇ ਜਿਹੜੇ ਵਾਦੇ ਆ ਉਹਨਾਂ ਨੂੰ ਰੀਨਿਊ ਕਰਨ ਵਾਸਤੇ ਉਹਨਾਂ ਦੇ ਜਿਹੜੇ ਲਾਰੇ ਸੀ ਉਹਨਾਂ ਨੂੰ ਰੀਨਿਊ ਕਰਨ ਵਾਸਤੇ ਉਹਨਾਂ ਦੇ ਦਿੱਤੇ ਕਾਰਡ ਨੂੰ ਰੀਨਿਊ ਕਰਨ ਵਾਸਤੇ ਆਏ ਸੀ ਕਰਨਾ ਉਹਨਾਂ ਨੇ ਕੁਝ ਨਹੀਂ ਆ ਉਹਨਾਂ ਦਾ ਕੋਈ ਪੰਜਾਬ ਦੇ ਨਾਲ ਕੋਈ ਦਰਦ ਨਹੀਂ ਆ ਕੋਈ ਤੱਲਕ ਵਾਸਤਾ ਨਹੀਂ ਆ ਸਿਰਫ ਹੁਣ 2022 ਜਿਉਂ-ਜਿਉਂ ਲੱਗੇ ਆ ਰਿਹਾ ਉਹਨਾਂ ਨੂੰ ਲੱਗ ਰਿਹਾ ਤੁਸੀਂ ਦੇਖੋ ਕਿ ਇੱਕ ਸੀ ਵੋਟਰ ਵੱਲੋਂ ਇੱਕ ਜਿਹੜਾ ਇੱਕ ਸਰਵੇ ਆਇਆ ਉਹ ਕਿਸ ਤਰ੍ਹਾਂ ਉਹਨੂੰ ਪਲਾਨ ਕੀਤਾ ਗਿਆ ਵੀ ਉਹਨਾਂ ਦੀ ਰੈਲੀ ਤੋਂ ਦੋ ਚਾਰ ਦਿਨ ਪਹਿਲਾਂ ਹੀ ਉਹ ਆਇਆ ਕਿ ਇੱਕ ਹਵਾ ਬਣਾਉਣ ਦੀ ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਉਹਦੇ ਨਾਲ ਸ਼ਾਇਦ ਚਲੋ ਰੈਲੀ 'ਚ ਲੋਕ ਵੱਧ ਆ ਜਾਣਗੇ ਇੱਕ ਕੋਸ਼ਿਸ਼ ਕੀਤੀ ਗਈ ਵਿਖਾਉਣ ਦੀ ਵੀ ਅਗਲੀ ਸਰਕਾਰ ਜਿਹੜੀ ਨਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਤੇ ਉਹ ਦੇਖੋ ਉਹਦੇ 'ਚ ਕਾਂਗਰਸ ਨੂੰ ਦੂਸਰੇ ਨੰਬਰ ਤੇ ਲਿਆਂਦਾ ਉਹਦਾ ਵੀ ਪਿੱਛੇ ਉਹਦੇ ਪਿੱਛੇ ਮਾਸਟਰਮਾਈਂਡ ਪ੍ਰਸ਼ਾਂਤ ਕਿਸ਼ੋਰ ਹੀ ਸਮਝ ਲਓ ਤੁਸੀਂ ਕਿ ਉਹ ਦੋਵਾਂ ਦਾ ਸਲਾਹਕਾਰ ਆ। ਮੈਂ ਵੀ ਇੱਥੇ ਹੀ ਆਣ ਲੱਗਾ ਸੀ ਕਿਉਂਕਿ ਪੀਕੇ ਦਾ ਹਮੇਸ਼ਾ ਪਿਛਲੇ ਇਲੈਕਸ਼ਨਸ ਦੇ ਵਿੱਚ ਵੀ ਕਾਫੀ ਕਹਿੰਦੇ ਸੀਗੇ ਵਧੀਆ ਰੋਲ ਨੂੰ ਨਜ਼ਰ ਆਇਆ ਔਰ ਕਾਂਗਰਸ ਨੂੰ ਤਾਂ ਪਿੱਛੇ ਸਾਨਾ ਵੱਡਾ ਰੋਲ ਉਹਦਾ ਨਜ਼ਰ ਆਇਆ ਸੀਗਾ ਪ੍ਰਸ਼ਾਂਤ ਕਿਸ਼ੋਰ ਦਾ। ਕਿਹਾ ਲੱਗਦਾ ਕਿ ਇਸ ਸਾਲ ਵੀ ਜਾਂ ਇਸ ਵਾਰ ਜਾਂ 2022 'ਚ ਵੀ ਉਹਦਾ ਕੋਈ ਨਾ ਕੋਈ ਤੁਹਾਨੂੰ ਰੋਲ ਨਜ਼ਰ ਆਏਗਾ। ਨਸ਼ਾ ਬੰਦ ਘਰ ਘਰ ਨੌਕਰੀ ਤੇ ਪੈਨਸ਼ਨ ਸਕੀਮਾ ਵਾਲਾ ਹੁਣ ਸ਼ੋਰ ਨਹੀਂ ਚੱਲਣਾ ਕੈਪਟਨ ਸਾਹਿਬ ਤੁਸੀਂ ਹੁਣ ਜੋ ਮਰਜ਼ੀ ਕਰ ਲਓ ਹੁਣ ਪ੍ਰਸ਼ਾਂਤ ਕਸ਼ੋਰ ਨਹੀਂ ਚੱਲਣਾ ਪੰਜਾਬ ਦੇ ਲੋਕ ਪ੍ਰਸ਼ਾਂਤ ਕਸ਼ੋਰ ਦੇ ਜਿਹੜੇ ਵਾਅਦੇ ਜਿਹੜੇ ਝੂਠੇ ਲਾਰੇ ਉਹਨੇ ਸ਼ੂਗਰ ਕੋਟ ਕਰਕੇ ਜਨਤਾ ਨੂੰ ਇੱਕ ਵਾਰ ਮੂਰਖ ਬਣਾ ਲਿਆ ਸਮਝ ਲੋ ਸਾਨੂੰ ਮੂਰਖ ਬਣਾ ਲਿਆ ਸਾਡੀ ਸੰਗਤ ਜਿਹੜੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਲਾਰਿਆਂ ਦੇ ਵਿੱਚ ਮਜਬੂਰ ਹੋ ਗਏ ਲੋਕ ਵੀ ਲੋਕਾਂ ਨੇ ਸੋਚਿਆ ਸ਼ਾਇਦ ਸਾਨੂੰ ਨੌਕਰੀ ਮਿਲ ਜੇਗੀ ਤੁਸੀਂ ਦੇਖੋ ਵੀ ਉਹਨਾਂ ਨੇ ਕਿੰਨਾ ਪਲਾਨ ਪ੍ਰੋਗਰਾਮ ਬਣਾਇਆ ਵੀ ਫਾਰਮ ਭਰੇ ਉਹਨਾਂ ਨੂੰ ਕਾਰਡ ਇਸ਼ੂ ਕਰਤੇ ਉਹਨਾਂ ਦੇ ਫੋਨ ਦੇ ਉੱਤੇ ਮੈਸੇਜ ਆਏ ਉਹਨਾਂ ਨੂੰ ਲੱਗਾ ਵੀ ਹੁਣ ਜਿੱਦਨ 16 ਮਾਰਚ 2017 ਨੂੰ ਕੈਪਟਨ ਸਾਹਿਬ ਨੇ ਸੌਂਹ ਚੁੱਕਣੀ ਆ ਤੇ ਅਗਲੇ ਦਿਨ ਸਮਾਰਟਫੋਨ ਮਿਲ ਜਾਣੇ ਆ ਤੇ ਉਸੇ ਫੋਨ ਦੇ ਉੱਤੋਂ ਹੀ ਅਸੀਂ ਆਪਣੀ ਨੌਕਰੀ ਦੀ ਜਿਹੜੀ ਅਪਾਇੰਟਮੈਂਟ ਲੈਟਰ ਐ ਨਾ ਡਾਊਨਲੋਡ ਕਰ ਲੈਣੇ ਆ ਇਹੋ ਜਿਹਾ ਮਾਹੌਲ ਉਸ ਸਮੇਂ ਬਣਾ ਦਿੱਤਾ ਗਿਆ ਸੀ ਕੁਝ ਕੂੜ ਪ੍ਰਚਾਰ ਲੋਕਾਂ ਦੂਸਰੀਆਂ ਪਾਰਟੀਆਂ ਦੇ ਖਿਲਾਫ ਉਹਨਾਂ ਨੇ ਕੀਤਾ ਤੇ ਪੰਜਾਬ ਦੇ ਲੋਕ ਉਹਦੇ ਉਹਨਾਂ ਦੇ ਭਰਮ 'ਚ ਆ ਗਏ ਤੇ ਹੁਣ 4 ਸਾਲ ਤੋਂ ਲੋਕ ਪਛਤਾ ਰਹੇ ਨੇ ਪਰ ਚਲੋ ਹੁਣ ਉਹ ਸਮਾਂ ਗੁਜ਼ਰ ਗਿਆ ਹੁਣ ਚੰਗੇ ਦਿਨ ਆਉਣ ਵਾਲੇ ਆ ਪੰਜਾਬ ਦੇ ਲੋਕਾਂ ਦੇ ਘਟੂ ਘਟ ਚੰਗੇ ਦਿਨ ਆਉਣ ਵਾਲੇ ਆ ਕਿ ਇਹ ਪ੍ਰਸ਼ਾਂਤ ਕਿਸ਼ੋਰ ਤੇ ਜਿਹੜੇ ਬਹਾਨੇ ਆ ਨਾ ਜਾਂ ਜਿਹੜੇ ਲਾਰੇ ਹੁਣ ਨਹੀਂ ਚੱਲੇ ਤੁਸੀਂ ਦੱਸੋ ਮੈਂ ਅੱਜ ਕੱਲ ਐਮਐਸਪੀ ਦੀ ਬੜੀ ਗੱਲ ਚੱਲਦੀ ਐ ਤੇ ਮੈਂ ਇਹ ਸੋਚ ਮੈਂ ਇਹ ਵੇਖ ਰਿਹਾ ਹਾਂ ਵੀ ਉਹਨਾਂ ਨੂੰ ਕੈਪਟਨ ਸਾਹਿਬ ਨੇ 1 ਰੁਪਏ ਦੀ ਨੌਕਰੀ ਦੇ ਉੱਤੇ ਰੱਖਿਆ ਜੀ ਨੌਕਰੀਆਂ ਦੇ ਕੈਪਟਨ ਸਾਹਿਬ ਨੇ ਸਿਰਫ ਦੋ ਦਿੱਤੀਆਂ ਪੰਜਾਬ ਸਰਕਾਰ ਨੇ ਇਕ ਤੇ ਸਰਦਾਰ ਬਿਆਨ ਸਿੰਘ ਦੇ ਪੁੱਤਰੇ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਤੇ ਦੂਸਰੀ ਆ ਪ੍ਰਸ਼ਾਂਤ ਕਿਸ਼ੋਰ ਨੂੰ ਨੌਕਰੀ ਦਿੱਤੀ ਇੱਕ ਐਮਪੀ ਐਮਐਸਪੀ ਚੱਲਦੀ ਐ ਇੱਕ ਐਮਆਰਪੀ ਹੁੰਦੀ ਐ ਤੇ ਇੱਕ ਐਮਪੀਐਮ ਹੁੰਦੀ ਐ ਕਿ ਬੱਚਿਆਂ ਦੀ ਵੀ ਨਾ ਮਿਨੀਮਮ ਪਾਕਟ ਮਨੀ ਆ ਇੱਕ ਸਮਝ ਲਓ ਤੁਸੀਂ ਤੇ ਉਹ ਵੀ 1 ਰੁਪਏ 1 ਰੁਪਿਆ ਨਿਆਣਾ ਅੱਜ ਕੱਲ ਸਕੂਲ ਬੱਚਾ ਨਹੀਂ ਲੈ ਕੇ ਜਾਂਦਾ ਉਹ ਵੀ 5 10 ਦਾ ਨੋਟ ਲੈ ਕੇ ਜਾਂਦਾ ਕਿ ਚਾਕਲੇਟ ਟਾਫੀਆਂ ਇਸ ਤੋਂ ਵੀ ਸਸਤੀਆਂ ਨਹੀਂ ਹੈਗੀਆਂ ਪਰ ਕੈਪਟਨ ਸਾਹਿਬ ਨੇ 1 ਰੁਪਏ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਨੂੰ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਮੂਰਖ ਬਣਾਉਣ ਵਾਸਤੇ ਦੁਬਾਰਾ ਝੂਠ ਦੀ ਹਾਂਡੀ ਚੜਾਉਣ ਵਾਸਤੇ ਲਾਰਿਆਂ ਦਾ ਪਹਾੜ ਬਣਾਉਣ ਵਾਸਤੇ ਸ਼ੇਖ ਚਿੱਲੀ ਦੇ ਸੁਪਨਿਆਂ ਨੂੰ ਇੱਕ ਵਾਰ ਫੇਰ ਮਿਕਸ ਵੈਜ ਬਣਾਉਣ ਵਾਸਤੇ ਉਹਦਾ ਪ੍ਰਸ਼ਾਂਤ ਕਸ਼ੂਰ ਨੂੰ ਹਾਇਰ ਕੀਤਾ ਤੁਸੀਂ ਉਸ ਬੰਦੇ ਦੀ ਕ੍ਰੈਡੀਬਿਲਟੀ ਵੇਖੋ ਕਿ ਉਹ ਪੰਜਾਬ 'ਚ ਕੈਪਟਨ ਸਾਹਿਬ ਨਾਲ ਆ ਦਿੱਲੀ 'ਚ ਕੇਜਰੀਵਾਲ ਨਾਲ ਆ ਬਿਹਾਰ 'ਚ ਨितीश ਕੁਮਾਰ ਨਾਲ ਆ ਮਮਤਾ ਮੈਨਰਜੀ ਨਾਲ ਵੈਸਟ ਬੰਗਾਲ 'ਚ ਉਸ ਬੰਦੇ ਦੀ ਕ੍ਰੈਡੀਬਿਲਟੀ ਦੱਸੋ ਕੀ ਹੈ ਉਹ ਸਿਰਫ ਆંકੜਿਆਂ ਨਾਲ ਡਾਟਾ ਨਾਲ ਜਿਹੜਾ ਉਹ ਇਕੱਠਾ ਕਰਦਾ ਉਹਦੇ ਨਾਲ ਖੇਡਣ ਵਾਲਾ ਬੰਦਾ ਕਰੋੜਾਂ ਰੁਪਏ ਲੈ ਕੇ ਉਹ ਜਿਹੜੇ ਸਟ੍ਰੈਟਜਿਸਟ ਆ ਜਿਹੜੇ ਉਹ ਇੱਕ ਪੋਲੀਟੀਕਲ ਮੂਵ ਬਣਾਉਂਦੇ ਆ ਇੱਕ ਮਾਹੌਲ ਇਸ ਤਰ੍ਹਾਂ ਦਾ মিডিਆ ਰਾਈ ਤਿਆਰ ਕਰ ਦਿੰਦੇ ਆ ਕਿ ਉਹ ਲੋਕ ਉਹ ਲੱਗਦਾ ਕਿ ਸ਼ਾਇਦ ਲੋਕ ਲਹਿਰ ਬਣਾ ਦਿੰਦੇ ਕਿਸੇ ਵੀ ਪਾਰਟੀ ਦੇ ਹੱਕ ਚ ਪਰ ਹੁਣ ਇਸ ਵਾਰ ਪੰਜਾਬ 'ਚ ਇਸ ਤਰ੍ਹਾਂ ਨਹੀਂ ਹੋਊਗਾ ਇਸ ਵਾਰ ਸ਼ਰੋਮਣੀ ਅਕਾਲੀ ਦਲ ਆਪਣੇ ਬਲਬੂਤੇ ਤੇ 2022 'ਚ ਸਰਕਾਰ ਬਣਾਊਗਾ ਜਦੋਂ ਅਸੀਂ ਤੁਸੀ ਸੋਸ਼ਲ ਮੀਡੀਆ ਦੀ ਗੱਲ ਕੀਤੀ ਬਣੀ ਸਭ ਸੋਸ਼ਲ ਮੀਡੀਆ ਦਾ ਤਾਂ ਵਾਕਈ ਬਹੁਤ ਜੋਗਿਆ ਕਿਉਂਕਿ ਲੋਕ ਹੁਣ ਟੀਵੀ ਘੱਟ ਦੇਖਦੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਅਗੇ ਨੇ। ਕਿਹ ਲੱਗਦਾ ਇਸੇ ਚੀਜ਼ ਦਾ ਫਾਇਦਾ ਵਿਸ਼ਾਂਤ ਕਿਸ਼ੋਰ ਉਹਨੇ ਚੁੱਕਦੇ ਹੋਏ ਨਜ਼ਰ ਆਉਂਦੇ ਨੇ। ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਸਿਸਟਮ ਇਸ ਤਰ੍ਹਾਂ ਕਿ ਉਹ ਜਿਹੜੇ ਪਿੱਛੇ ਮੀਡੀਆ ਹਾਊਸ ਉਹਨੂੰ ਚਲਾਉਂਦੇ ਆ ਉਹਨੂੰ ਉਹ ਟਰੈਕ ਕਰ ਸਕਦੇ ਆ ਵੀ ਕਿੰਨੇ ਕਿਹੜੀ ਚੀਜ਼ ਵੇਖੀ, ਕਿੰਨੇ ਕਿੰਨੇ ਸੈਕਿੰਡ ਕੋਈ ਖਬਰ ਦੇਖੀ, ਕਿੰਨੇ ਉਹਨੂੰ ਵੇਖਦੇ ਆ ਇਹ ਬੰਦ ਕਰਤਾ। ਜੇ ਕੋਈ 1 ਮਿੰਟ ਦੀ ਨੂੰ 30 ਸੈਕਿੰਡ ਵੇਖਿਆ 50 ਸੈਕਿੰਡ ਵੇਖਿਆ ਉਹ ਉਸ ਤੋਂ ਫਿਰ ਡਾਟਾ ਤਿਆਰ ਕਰਦੇ ਆ ਤੇ ਉਹਨਾਂ ਚੀਜ਼ਾਂ ਨਾਲ ਹੀ ਇਹੋ ਜਿਹੇ ਜਿਹੜੇ ਸਟਰੈਟਜਿਸਟ ਆ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਆ ਕੇਜਰੀਵਾਲ ਧਿਆਨਾਂ ਦੁਬਾਰਾ ਕੱਲ ਬਾਗਾ ਪੁਰਾਣਾ ਦੀ ਰੈਲੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਵੱਲੋਂ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿੱਤਾ ਗਿਆ ਕਾਂਗਰਸ ਨੂੰ ਨਿਸ਼ਾਨੇ ਤੇ ਲਿੱਤਾ ਗਿਆ ਭਾਜਪਾ ਨੂੰ ਨਿਸ਼ਾਨੇ ਤੇ ਲਿੱਤਾ ਗਿਆ ਕਿ ਲੱਗਦਾ ਹੈ ਕਿ ਕਿਸਾਨਾਂ ਦੇ ਨਾਂ ਦੇ ਉੱਤੇ ਵੋਟ ਬੈਂਕਿੰਗ ਸਿਰਫ ਇਕੱਠੀ ਕੀਤੀ ਜਾ ਰਹੀ ਹੈ ਔਰ ਲਗਾਤਾਰ ਹੀ ਕੇਜਰੀਵਾਲ ਕਰਦੇ ਮੇਰੇ ਖਿਆਲ ਇਹ ਹੈ ਉਹ ਮੇਰੇ ਖਿਆਲ ਦੇਖਦੇ ਈਸ਼ੂ ਕਿਹੜਾ ਰੇਜ਼ ਹੋਇ ਆਪਾਂ ਪਹਿਲਾਂ ਪੜਿਆ ਸੀ 2017 ਚ ਘਰ ਘਰ ਕੇਜਰੀਵਾਲ ਉਦੋਂ ਜਿਹੜੀ ਇਹ ਸਰਵੇ ਆਉਂਦੇ ਸੀ 100 ਸੀਟਾਂ ਦੇ ਨਾਲ ਇਹ ਸੀ ਐ ਬਣਾਉਣ ਜਾ ਰਹੇ ਸੀ ਕੀ ਹੋਇਆ ਆਪਾਂ ਸਾਰਿਆਂ ਨੇ ਵੇਖਿਆ ਕਿਸਾਨੀ ਮੁੱਦਾ 23 ਨਵੰਬਰ ਨੂੰ ਦਿੱਲੀ ਦੇ ਵਿੱਚ ਨੋਟੀਫਾਈ ਕਰਤਾ ਸੀ ਇਹਨਾਂ ਨੇ ਤਿੰਨ ਕਾਲੇ ਕਾਨੂੰਨਾਂ ਨੂੰ ਬਾਅਦ ਚ ਜੋ ਮਰਜ਼ੀ ਰੌਲਾ ਪਾਉਂਦੇ ਰਹਿਣ ਦਿੱਲੀ ਸਰਕਾਰ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹਨਾਂ ਨੂੰ 23 ਨਵੰਬਰ ਨੂੰ ਨੋਟੀਫਾਈ ਕਰਤਾ ਸੀ ਹੁਣ ਇਹਨਾਂ ਦੇ ਮੈਂ ਡਬਲ ਸਟੈਂਡਰਡ ਦੀ ਗੱਲ ਦੱਸਣ ਲੱਗਾ ਪੰਜਾਬ ਪ੍ਰਧਾਨ ਭਗਵਾਨ ਤਮਾਨ ਜਿਹੜੇ ਉਹ ਸਟੈਂਡਿੰਗ ਕਮੇਟੀ ਦੇ ਮੈਂਬਰ ਹੈਗੇ ਆ ਜਿਹੜੀ ਏਸੈਂਸ਼ੀਅਲ ਕਮੋਡਿਟੀਜ਼ ਐਕਟ ਦੀ ਫੂਡ ਸਪਲਾਈ ਮਹਿਕਮੇ ਦੀ ਜਿਹੜੀ ਹੈਗੀ ਆ ਉਹਦੇ ਚ ਉਹਨਾਂ ਨੇ ਸਾਈਨ ਕੀਤੇ ਆ ਰੀਸੈਂਟੇ ਮਸਲਾ ਜਿਹੜਾ ਸਾਰੇ মিডিਆ ਚ ਚੱਲ ਰਿਹਾ ਉਹ ਡਬਲ ਸਟੈਂਡਰਡ ਆ ਕਿ ਉਹਨੂੰ ਇਨ ਬਿਨ ਲਾਗੂ ਕਰਨ ਵਾਸਤੇ ਉਹਨਾਂ ਨੇ ਸਹਿਮਤੀ ਦਿੱਤੀ ਉਹ ਸਟੈਂਡਿੰਗ ਕਮੇਟੀ ਦੇ ਵਿੱਚ ਤੁਸੀਂ ਦੱਸੋ ਵੀ ਸੋਸ਼ਲ ਮੀਡੀਆ ਦਾ ਜਮਾਨਾ ਭਗਵੰਤ ਮਾਨ ਛੋਟੀ ਛੋਟੀ ਗੱਲ ਦੇ ਉੱਤੇ ਅੱਜ ਤੱਕ ਲਾਈਵ ਹੁੰਦੇ ਆਏ ਆ ਜੇ ਅੱਜ ਉਹ ਕਹਿ ਰਹੇ ਕਿ ਅਸੀਂ ਉਸ ਮੀਟਿੰਗ 'ਚ ਮੈਂ ਸਹਿਮਤ ਨਹੀਂ ਹੈਗਾ ਸੀ ਉਹਨਾਂ ਦੇ ਨਾਲ ਨਾਲ ਤੁਸੀਂ ਫੇਰ ਲਾਈਵ ਕਿਉਂ ਨਹੀਂ ਹੋਏ ਉਸੇ ਵੇਲੇ ਜਦੋਂ ਸਟੈਂਡਿੰਗ ਕਮੇਟੀ 'ਚ ਤੁਸੀਂ ਲਿਖਿਆ ਕਿ ਮੈਂ ਇਹ ਜਿਹੜੇ ਚੀਜ਼ਾਂ ਦੇ ਨਾਲ ਸਹਿਮਤ ਆ ਤੁਸੀਂ ਡਿਸੈਂਟ ਨੋਟ ਜੇ ਕੋਈ ਅਸਹਿਮਤੀ ਨੋਟ ਦਿੱਤਾ ਤੇ ਉਹਨੂੰ ਤੁਸੀਂ ਪਬਲਿਕ ਦੇ ਸਾਹਮਣੇ ਕਿਉਂ ਨਹੀਂ ਲਿਆਂਦਾ ਤੁਸੀਂ ਉਦੋਂ ਲਾਈਵ ਹੋ ਕੇ ਕਿਉਂ ਨਹੀਂ ਦੱਸਿਆ ਕਿ ਅੱਜ ਇਸ ਕਮੇਟੀ ਦੀ ਮੀਟਿੰਗ ਸੀ ਮੈਂ ਅਸਹਿਮਤੀ ਪ੍ਰਗਟ ਕਰਕੇ ਆਇਆ ਮੈਂ ਡਿਸੈਂਟ ਸ਼ੋ ਕਰਕੇ ਆਇਆ ਮੈਂ ਇਸ ਕਮੇਟੀ ਦੀਆਂ ਮੀਟਿੰਗਾਂ ਦੇ ਨਾਲ ਇਸ ਕਮੇਟੀ ਦੀਆਂ ਜਿਹੜੀਆਂ ਰეკਮੈਂਡੇਸ਼ਨ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗਾ ਅੱਜ ਜੋ ਮਰਜ਼ੀ ਕਰੀ ਜਾਣ ਉਹਦੇ 'ਚ ਉਹਨਾਂ ਦੇ ਸਾਈਨ ਆ ਅੱਜ ਪਰਮਬੰਦ ਸਿੰਘ ਰੁਮਾਣਾ ਨੇ ਉਹਨਾਂ ਦੇ ਸਾਈਨ ਆਪਣੀ ਪ੍ਰੈਸ ਕਾਨਫਰੰਸ 'ਚ ਵਿਖਾਏ ਆ ਉਹਨਾਂ ਦੇ ਜਵਾਬ ਭਗਵੰਤ ਮਾਨ ਨੂੰ ਦੇਣਾ ਪਊਗਾ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਿ ਜਿਹਦੇ ਤਿੰਨ ਕਾਨੂੰਨ ਆਪਾਂ ਰੱਦ ਕਰਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਇਹ ਪੰਜਾਬ ਚ ਕਿਸਾਨੀ ਸਮਾमेलन ਕਰ ਰਹੇ ਕਰੋੜਾਂ ਰੁਪਏ ਲਾ ਕੇ ਕੋਵਿਡ ਦੀਆਂ ਉਹਦੀਆਂ ਖਿਲਾਫ ਉਹਦੇ ਸਰਕਾਰ ਦੀਆਂ ਹਦਾਇਤਾਂ ਦੇ ਖਿਲਾਫ ਜਾ ਕੇ ਤੁਸੀਂ ਕਰਨ ਕਿਸਾਨੀ ਸੰਘਰਸ਼ ਦੇ ਉਹ ਕਿਸਾਨ ਸੰਮੇਲਨ ਕੀਤਾ ਪਰ ਉਹਦੇ ਬਾਵਜੂਦ ਤੁਸੀਂ ਉੱਥੇ ਦਿੱਲੀ ਸੰਸਦ ਚ ਤੁਹਾਡਾ ਚਿਹਰਾ ਹੋ ਰਿਹਾ ਜਨਤਾ ਚ ਹੋ ਰਿਹਾ ਪੰਜਾਬ ਦੇ ਵਿੱਚ ਜਦ ਤੁਸੀਂ ਕਿਸਾਨੀ ਸੰਮੇਲਨ ਕਰਨਾ ਤੁਹਾਡਾ ਚਿਹਰਾ ਹੋ ਰਿਹਾ ਮੈਨੂੰ ਸਭ ਕਿਆ ਲੱਗਦਾ ਨਹੀਂ ਸੀਗਾ 440 450 ਕਿਲੋਮੀਟਰ ਜਾਂ 500 ਕਿਲੋਮੀਟਰ ਦੂਰ ਆ ਕੇ ਇਸ ਤਰ੍ਹਾਂ ਦੇ ਸੰਮੇਲਨ ਕੀਤੇ ਕਿਉਂ ਨਹੀਂ ਉੱਥੇ ਬਾਰਡਰ ਤੇ ਬੈਠਾ ਜਾਂਦਾ ਨਾਲ ਹੀ 34 ਕਿਲੋਮੀਟਰ ਹੈ ਸਾਰਾ ਉਥੋਂ ਜਿਹੜਾ ਸਿੰਧੂ ਬਾਰਡਰ ਹੈ ਜਾਂ ਟਿਕਰੀ ਬਾਰਡਰ ਹੈ ਜਾਂ ਗਾਜੀਪੁਰ ਬਾਰਡਰ ਆ ਉਹ ਤਾਂ ਬਿਲਕੁਲ ਲੱਗੇ ਸੀਗਾ ਉੱਥੇ ਕਿਉਂ ਨਹੀਂ ਦਿੱਤਾ ਜਾਦਾ ਹਾਲਾਂਕਿ ਉਹ ਕਹਿ ਰਹੇ ਨੇ ਕਿ ਅਸੀਂ ਇੰਟਰਨੈਟ ਦੀ ਸਰਵਿਸ ਫ੍ਰੀ ਦੇ ਰਹੇ ਹਾਂ ਉੱਥੇ ਲੋਕਾਂ ਨੂੰ ਕਿਸਾਨਾਂ ਦੇ ਨਾਲ ਲੰਗਰ ਫ੍ਰੀ ਲਗਾਏ ਜਾ ਰਹੇ ਨੇ ਕਿ ਕਿਸਾਨਾਂ ਨੂੰ ਜਿਸ ਚੀਜ਼ ਦੀ ਜਰੂਰਤ ਆ ਆਪਾਂ ਉਹ ਦੇ ਰਹੇ ਆ ਕਿ ਲੱਗਦਾ ਹੈ ਕਿ ਜੋ ਚਿਹਰਾ ਦਿਖਾਇਆ ਜਾ ਰਿਹਾ ਉਹ ਠੀਕ ਹੈ ਗਾਣਾ ਜੇ 2022 ਦੇ ਇਲੈਕਸ਼ਨ ਇਸ ਸਾਲ ਇਹ ਇਲੈਕਸ਼ਨ ਇਅਰ ਨਾ ਹੁੰਦਾ ਤੇ ਫੇਰ ਉਹਨਾਂ ਨੇ ਅਜੇ ਵੀ ਪੰਜਾਬ ਨਹੀਂ ਆਉਣਾ ਸੀ ਇਹ ਤੇ ਆਉਣ ਵਾਲੀਆਂ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਆ ਆ ਉਹ ਸਾਨੂੰ ਸਿਰਫ ਇੱਕ ਵੋਟਰ ਹੀ ਸਮਝਦੇ ਆ ਵੀ ਹਾਂ ਵੀ ਹੁਣ ਵੋਟਰਾਂ ਆਪਾਂ ਇਕੱਠੀਆਂ ਕਰ ਲੈਣੀਆਂ ਤੰਗਲੀ ਨਾ ਜਿਵੇਂ ਇਕੱਠਾ ਕਰ ਲਈਦਾ ਨਾ ਕਿ ਹੁਣ ਵੋਟਾਂ ਦਾ ਸਮਾਂ ਆ ਗਿਆ ਤੇ ਇਹ ਜਿਹੜੇ ਲੋਕ ਐ ਇਹਨਾਂ ਨੂੰ ਨਹੀਂ ਪਤਾ ਲੱਗਣਾ ਕੁਝ ਪਰ ਪੰਜਾਬ ਦੇ ਲੋਕ ਬਹੁਤ ਅਵੇਅਰਨੈਸ ਸਾਰੇ ਇਸ ਮਸਲੇ ਤੋਂ ਲੋਕ ਪੰਜਾਬੀ ਪਹਿਲੇ ਆ ਜਿਨ੍ਹਾਂ ਨੇ ਇਹ ਸਾਰੇ ਕਿਸਾਨੀ ਸੰਘਰਸ਼ ਨੂੰ ਚੁੱਕਿਆ ਤੇ ਕਿਸਾਨ ਮੋਦੀ ਸਾਹਿਬ ਨੂੰ ਹੋਰ ਪੰਗਾ ਕੀਆ ਮੋਦੀ ਸਾਹਿਬ ਇਸ ਗੱਲ ਤੋਂ ਪਰੇਸ਼ਾਨ ਨਹੀਂ ਆ ਕਿ ਕਿਸਾਨੀ ਇਹ ਇਹਨਾਂ ਨੂੰ ਸਮਝਾ ਨਹੀਂ ਪਾ ਰਹੇ ਅਸੀਂ ਉਹ ਇਸ ਗੱਲੋਂ ਪਰੇਸ਼ਾਨ ਨੇ ਕਿ ਪੰਜਾਬ ਦੇ ਲੋਕਾਂ ਨੂੰ ਕਾਲੇ ਕਾਨੂੰਨ ਸਮਝ ਕਿਵੇਂ ਆ ਗਏ ਇਸ ਗੱਲ ਤੋਂ ਪਰੇਸ਼ਾਨ ਨੇ ਤੇ ਇਹਦੇ ਮੋਦੀ ਸਾਹਿਬ ਦੀ ਬੀ ਟੀਮ ਹੀ ਤੇ ਹੈਗੀ ਏ ਇਹ ਤੁਸੀਂ ਇਹਨਾਂ ਦੇ ਵੇਖੋ ਪਿਛਲੇ ਕਈ ਮਹੀਨਿਆਂ ਤੋਂ ਪਿਛਲੇ 3-4 ਸਾਲਾਂ ਤੋਂ ਹੀ ਇਨਾਂ ਦਾ ਆਪਸੀ ਸਮਝੌਤਾ ਹੋ ਚੁੱਕਾ ਕੋਈ ਬਿਆਨ ਕੇਜਰੀਵਾਲ ਸਾਹਿਬ ਦਾ ਮੋਦੀ ਸਾਹਿਬ ਦੇ ਖਿਲਾਫ ਨਹੀਂ ਆਇਆ ਤੁਸੀਂ ਤੁਸੀਂ ਵੇਖੋਗੇ ਲੇਕਿਨ ਉਹ ਕਹਿੰਦੇ ਮੈਨੂੰ ਨਜ਼ਰਬੰਦ ਕੀਤਾ ਹੈ ਮੈਂ ਤਾਂ ਉੱਥੇ ਬਾਰਡਰਾਂ ਤੇ ਨਹੀਂ ਜਾ ਪਾਰਿਆ ਉਹ ਯਾਰ ਤੁਸੀਂ ਜੇ ਅਮਲੇ ਫੈਲੇ ਨਾਲ ਪੂਰੇ ਲਾਮ ਰਸ਼ਕਰ ਨਾਲ ਜਾਣਾ ਤੇ ਫਿਰ ਮੈਂ ਨਹੀਂ ਮੈਨੂੰ ਨਹੀਂ ਪਤਾ ਕਿ ਉਹ ਕੀ ਅਸਲ ਚ ਘਟਨਾ ਹੋਈ ਹੋਊਗੀ ਜੇ ਸੁਹਿਰਦ ਹੈਗੇ ਕਿਸਾਨਾਂ ਵਾਸਤੇ ਜੇ ਉਸ ਦਿਲੋਂ ਸੁਹਿਰਦ ਨੇ ਤੇ ਉਹ ਪੰਜ ਬੰਦੇ ਜਾ ਕੇ ਡਿਪਟੀ ਸੀਐਮ ਆਪਣੇ ਮਨਰ ਜਿਹੜਾ ਸਸੋਧਿਆ ਸਾਹਿਬ ਹਨ ਉਹਨਾਂ ਨੂੰ ਲੈ ਕੇ ਜਾਂਦੇ ਕਿਸਾਨਾਂ ਦੇ ਨਾਲ ਜਾ ਕੇ ਆਪਣੀ ਸੋਲੀਡੈਰਿਟੀ ਸ਼ੋਅ ਕਰਦੇ ਉਹਨਾਂ ਨੂੰ ਕਿਸੇ ਨੇ ਨਹੀਂ ਰੋਕਣਾ ਸੀ ਆਪਣਾ ਜਾ ਕੇ ਉੱਥੇ ਕਿਸਾਨਾਂ ਦੇ ਨਾਲ ਬਹਿੰਦੇ ਪੰਜ ਮਿੰਟ ਆਪਣੇ ਐਮਐਲਏਜ਼ ਨੂੰ ਉੱਥੇ ਕਹਿੰਦੇ ਵੀ ਤੁਸੀਂ ਸਵਾਗਤ ਕਰੋ ਦਿੱਲੀ ਦੀਆਂ ਸੜਕਾਂ ਤੇ ਉੱਤੇ ਜਾ ਕੇ ਇਹਨਾਂ ਦਾ ਕਿਉਂ ਨਹੀਂ ਕੀਤਾ ਉਹਨਾਂ ਨੇ ਸਵਾਗਤ ਉਹਦਾ ਲੇਕਿਨ ਉਹ ਹਮੇਸ਼ਾ ਹੀ ਜਿਸ ਤਰ੍ਹਾਂ ਅਕਾਲੀ ਦਲ ਬਲੇਮ ਕਰਦੀ ਹੈ ਕਿ ਉਹ ਕਾਂਗਰਸ ਦਾ ਵੀ ਬੀਟ ਐ ਮੈਂ ਆਪ ਬੀਜੇਪੀ ਦੀ ਵੀ ਬੀਟ ਐ ਆ ਆਮ ਆਦੀ ਪਾਰਟੀ ਉਹ ਤੁਹਾਨੂੰ ਕਹਿ ਦਿੰਦੇ ਕਿ ਆਪਸ ਵਿੱਚ ਬੀਟੇ ਮੈਂ ਅਕਾਲੀ ਦਲ ਜਿਹੜੀ ਆ ਔਰ ਕਾਂਗਰਸ ਦੇ ਰਿਸ਼ਤੇਦਾਰੀਆਂ ਇਕੱਠੀਆਂ ਨੇ ਵੱਡੇ ਬਾਦਲ ਸਾਹਿਬ ਦੇ ਕੋਈ ਰਿਸ਼ਤੇਦਾਰ ਜਿਹੜੇ ਆ ਉਹ ਕੈਪਟਨ ਮਨਿੰਦਰ ਸਿੰਘ ਦੇ ਘਰ ਵਿਆਹ ਆਏ ਨੇ ਤੇ ਕੈਪਟਨ ਮਨਿੰਦਰ ਸਿੰਘ ਦੇ ਜਿਹੜੇ ਕਈ ਰਿਸ਼ਤੇਦਾਰ ਜਿਹੜੇ ਆ ਉਹ ਅਕਾਲੀ ਦਲ ਦੇ ਘਰ ਵਿਆਹ ਆਏ ਦੇਖੋ ਆਪਣਾ ਪੰਜਾਬੀਆਂ ਦਾ ਇੱਕ ਸਮਾਜਿਕ ਤਾਣਾ ਬਾਣਾ ਵਾ ਇੱਕ ਰਾਜਨੀਤੀ ਤੋਂ ਬਾਹਰ ਵੀ ਇੱਕ ਆਪਣੀ ਭਾਈਚਾਰਕ ਸਾਂਝ ਹੈਗੀ ਆ ਰਿਸ਼ਤੇਦਾਰੀਆਂ ਹੋਣੀਆਂ ਉਹ ਉਹ ਅਲੱਗ ਦਾ ਗੱਲ ਹੈਗੀ ਆ ਜਿਹੜਾ ਕਿਸੇ ਇੱਕ ਪਾਰਟੀ ਦੇ ਏਜੰਡੇ ਨੂੰ ਦੂਸਰੀ ਪਾਰਟੀ ਜਦੋਂ ਲਾਗੂ ਕਰਦੀ ਹੈ ਨਾ ਉਹ ਜਿਹੜਾ ਹਿਡਨ ਏਜੰਡਾ ਕਿਸੇ ਦਾ ਲਾਗੂ ਦੂਸਰੀ ਪਾਰਟੀ ਕਰਦੀ ਆ ਤੇ ਫੇਰ ਉਹ ਬੀ ਟੀਮ ਗਿਣੀ ਜਾਂਦੀ ਹੈ ਉਹਨਾਂ ਨੇ ਸਾਰੇ ਕੰਮ ਉਹ ਕੀਤੇ ਜਿਹੜੀ ਬੀਜੇਪੀ ਚਾਹੁੰਦੀ ਆ ਹੁਣ ਮੈਂ ਦੇਖੋ ਕਿ ਜਿਹੜੇ ਆ ਸਟੈਂਡਿੰਗ ਕਮੇਟੀ ਵਾਲਾ ਜਿਹੜਾ ਜੋ ਚਲੰਤ ਮਸਲਾ ਜਿਹੜਾ ਕਰੰਟ ਅਫੇਅਰ ਹੈਗਾ ਉਹਦੇ ਚ ਭਗਵੰਤ ਮਾਨ ਦਾ ਜਿਹੜਾ ਡਬਲ ਸਟੈਂਡਰਡ ਹੈ ਜਿਹੜਾ ਕਿ ਹਰ ਛੋਟੀ ਛੋਟੀ ਗੱਲ ਤੇ ਕਦੀ ਕਾਰ ਚੋਂ ਲਾਈਵ ਹੋ ਗਏ ਕਦੀ ਸੰਸਦ ਚੋਂ ਲਾਈਵ ਹੋ ਗਏ ਕਿਉਂ ਨਹੀਂ ਹੋਏ ਕਿਉਂ ਨਹੀਂ ਉਹਨਾਂ ਨੇ ਡਿਸੈਂਟ ਜਿਉ ਅਸੈਂਪਟੀ ਪ੍ਰਗਟ ਕੀਤੀ ਅੱਜ ਕਹਿੰਦੇ ਮੈਂ ਨਹੀਂ ਸਾਈਨ ਕੀਤੇ ਲੋਕ ਤੇ ਉਹਨਾਂ ਦੇ ਇਲਜ਼ਾਮ ਇਹ ਲਾ ਰਹੇ ਕਿ ਮਾਨੀ ਅਡਾਨੀਆਂ ਕੋਈ ਪੈਸਾ ਲੈ ਕੇ ਉਹਨਾਂ ਨੇ ਸਾਈਨ ਕਰਤੇ ਹੋ ਦਿੱਤੇ ਕਿਉਂ ਨਹੀਂ ਉਹਨਾਂ ਲਾਈਵ ਹੋਏ ਉਸ ਮਸਲੇ ਦੇ ਉੱਤੇ ਇੱਕ ਚਾਰਟ ਵੀ ਇਹਨਾਂ ਦੀ ਆਪਸ ਦੇ ਵਿੱਚ ਮਤਲਬ ਕਿ ਵਾਇਰਲ ਹੋਈ ਸੀ ਜਿਸ ਵਿੱਚ ਭਗਵੰ ਪ੍ਰੋਫੈਸਰ ਬਲਜਿੰਦਰ ਕੌਰ ਸੀਗੇ ਤੇ ਮੇਰੇ ਖਿਆਲ ਰਾਗਵ ਚੱਡਾ ਸੀਗਾ ਜਿਸ ਵਿੱਚ ਉਹ ਕਿਹਾ ਜਾ ਰਿਹਾ ਸੀਗਾ ਕਿ ਐਨ ਆਰ ਆਈਸ ਨੂੰ ਭੇਜਿਆ ਜਾਵੇ ਤਾਂ ਜੋ ਕਿ ਫੰਡਿੰਗ ਕੀਤੀ ਜਾਵੇ। ਕਿਹ ਲੱਗਦਾ ਇਸ ਫੰਡਿੰਗ ਤਾਂ ਕੀ ਮਸਲਾ ਰਹਿ ਗਿਆ ਹੁਣ ਇਹਦਾ ਕਿਉਂਕਿ ਉਸਤੇ ਵੀ ਜਿਹੜੀ ਇਹਨਾਂ ਦਾ ਕੋਈ ਸਪਸ਼ਟੀਕਰਨ ਨਹੀਂ ਆ ਸਕਿਆ। ਦੇਖੋ ਜਿਹੜੇ ਐਨ ਆਰ ਆਈ ਵੀਰ ਆਪਣੇ ਬੈਠੇ ਬੜੀ ਹੱਡ ਤੂੰੜ ਵੀ ਮਿਹਨਤ ਕਰਦੇ ਆ। ਪਰ ਉਹ ਪੰਜਾਬ ਦੇ ਨਾਲ ਉਹਨਾਂ ਦੀਆਂ ਜੜ੍ਹਾਂ ਜੁੜੀਆਂ ਉਹ ਚਾਹੁੰਦੇ ਆ ਕਿ ਸਾਡਾ ਜਿਹੜਾ ਪੰਜਾਬ ਸੋਹਣਾ ਪੰਜਾਬ ਇਹ ਵਸੇ ਇੱਥੇ ਕੁਝ ਜਿਹੜੀਆਂ ਖਾਮੀਆਂ ਉਹ ਦੂਰ ਹੋਣ ਉਹਦੀ ਜਿਹੜੀ ਰਾਜਨੀਤੀ ਆ ਉਹ ਸਾਫ਼ ਹੋਵੇ ਇਸ ਲਈ ਉਹ ਕਈ ਵਾਰ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੀ ਹੈ ਜਦੋਂ ਕੋਈ ਇਹ ਬਣਾਉਂਦੇ ਨਾ ਖਿਆਲੀ ਪਲਾਉ ਬਣਾਉਂਦੇ ਆ ਲੋਕਾਂ ਦੇ ਸਾਹਮਣੇ ਪਰੋਸਦੇ ਆ ਤੇ ਲੋਕ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੀਆਂ ਤੁਸੀਂ ਵੇਖੋ ਕਿ ਇਹਨਾਂ ਨੇ ਇਹਨਾਂ ਦੇ ਜਿਹੜੇ ਦੁਰਗੇਸ਼ ਪਾਟਕ ਸੰਜੀਤ ਸਿੰਘ ਦੇ ਉੱਤੇ ਕਰੋੜਾਂ ਰੁਪਏ ਪੰਜਾਬੀਆਂ ਕੋਲੋਂ ਠੱਗਣ ਦੇ ਇਹਨਾਂ ਦੇ ਨਾਂ ਦੇ ਉੱਤੇ ਇਲਜ਼ਾਮ ਲੱਗੇ ਉਹਨਾਂ ਦਾ ਕੋਈ ਜਵਾਬ ਦਿੱਤਾ ਸਾਡੀਆਂ ਕਈ ਭੈਣਾਂ ਧੀਆਂ ਭੈਣਾਂ ਦੀ ਇਹਨਾਂ ਨੇ ਜਿਹੜੀ ਬੇਪਤੀ ਕੀਤੀ ਉਹਦੇ ਇਲਜ਼ਾਮ ਵੀ ਇਹਨਾਂ ਤੇ ਲੱਗੇ ਅੱਜ ਤੱਕ ਕਦੀ ਇਹਨਾਂ ਨੇ ਕਦੀ ਬੋਲੇ ਟਿਕਟਾਂ ਦੇ ਨਾਂ ਦੇਤੇ ਇਹਨਾਂ ਨੇ ਸ਼ੋਸ਼ਣ ਕੀਤਾ ਉਹਨਾਂ ਨੂੰ ਐਕਸਪਲੋਇਟ ਕੀਤਾ ਇਹਨਾਂ ਨੂੰ ਉਹਦਾ ਕਦੀ ਇਹਨਾਂ ਨੇ ਜਵਾਬ ਦਿੱਤਾ ਪਰ ਪੰਜਾਬ ਦੀ ਜਨਤਾ ਇਸ ਵਾਰ ਉਹਨਾਂ ਦਾ ਜਵਾਬ ਦੇਊਗੀ ਇਹਨਾਂ ਦੇ ਪਹਿਲਾਂ ਵੀ ਸੁਪਨੇ ਸੀ ਵੀ 100 ਸੀਟਾਂ ਨਾਲ ਏ ਸੀਐਮ ਬਣਾਉਣਾ ਸੀ ਇਹਨਾਂ ਨੇ ਪੰਜਾਬ ਦੇ ਵਿੱਚ ਤੇ ਹੁਣ ਵੀ ਇਹਨਾਂ ਦੇ ਸੁਪਨੇ ਧਰੇ ਰਹੇ ਨੇ ਜਿੰਨੀਆਂ ਹੈਗੀਆਂ ਹੁਣ ਉਤੋਂ ਵੀ ਅਧੀਆਂ ਰਹਿਣੀਆਂ ਇਹਨਾਂ ਦੀ 4 ਸਾਲ ਦੇ ਕਾਰਕਾਰ ਨੂੰ ਕਿਦਾਂ ਦੇਖਦੇ ਹੋ ਕਾਂਗਰਸ ਦੇ ਲਗਾਤਾਰ ਹੀ ਲੋਕ ਜਿਹੜੇ ਨੇ ਕਾਂਗਰਸ ਨੂੰ ਸਵਾਲ ਵੀ ਪੁੱਛ ਰਹੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਐਜ਼ ਅ ਸਪੋਕਸਪਰਸ ਅਕਾਲੀ ਦਲ ਇਹ ਕੈਪਟਨ ਸਾਹਿਬ ਦਾ ਜਿਹੜਾ 4 ਸਾਲ ਦਾ ਮੈਂ ਉਹਦੇ ਤੇ 4 ਕਲਾਈਨਾਂ ਲਿਖੀਆਂ ਸੀ ਇੱਕ ਦਿਨ ਮੈਂ ਦੇਖਿਆ ਸੀ ਕਿ ਕਾਫੀ ਸੋਸ਼ਲ ਮੀਡੀਆ ਤੇ ਵੀ ਟ੍ਰੋਲ ਹੋ ਰਹੀ ਆ ਮਾਨੀ ਸਾਹਿਬ ਉਹ ਲੋਕੀ ਪ੍ਰੇਜ਼ ਵੀ ਕਹਿੰਦੇ ਬਹੁਤ ਕਰ ਰਹੇ ਉਹਦੇ ਕਿ ਅਸੀਂ ਵੀ ਸੁਣਾਗੇ ਕੀ ਹੈ ਕੀ ਅਸੀਂ ਉਹ ਸੀ ਕਿ ਕੈਪਟਨ ਸਾਹਿਬ ਨੇ ਰਿਪੋਰਟ ਕਾਰਡ ਪੇਸ਼ ਕਰ ਦਿੱਤਾ ਸਾਲ ਚੋਂ ਦਾ ਗੁਟਕਾ ਸਾਹਿਬ ਚੱਕ ਕੇ ਖਾਦੀ ਸੌਂ ਦਾ ਮਾਫੀਆ ਦੇ ਲੋਟੂ ਇਰਾਦਿਆਂ ਦਾ ਤੇ ਖੌਤੀ 85% ਕਹਿੰਦੇ ਵਾਦੇ ਪੂਰੇ ਕਰਤੇ ਆ ਖੌਤੀ 85% ਪੂਰੇ ਕੀਤੇ ਵਾਦਿਆਂ ਦਾ ਪੰਜਾਬ ਮੰਗਦਾ ਹੈ ਜਵਾਬ ਚਾਹ ਪੱਤੀ ਘੋਤੇ ਖੰਡ ਦਾ ਕਾਂਗਰਸੀ ਸਰਕਾਰ ਦੇ ਪਖੰਡ ਦਾ 51000 ਛਗਨ ਸਕੀਮਾਂ ਦੇ ਲਾਰਿਆਂ ਦਾ ਤੇ 2500 ਪੈਨਸ਼ਨ ਦੇ ਸਹਾਰਿਆਂ ਦਾ ਪੰਜਾਬ ਮੰਗਦਾ ਹੈ ਜਵਾਬ 4 ਹਫਤਿਆਂ ਚ ਨਸ਼ਾ ਮਕਾਉਣ ਦਾ ਕਿਸਾਨਾਂ ਦੇ ਸਾਰੇ ਕਰਜ਼ੇ ਚੁਕਾਉਣ ਦਾ ਆੜਤੀਆਂ ਨੂੰ ਦਿੱਤੀਆਂ ਗੋਲੀਆਂ ਮਿੱਠੀਆਂ ਦਾ ਪਰ ਉਧਰ ਐਫਸੀਆਈ ਨੂੰ ਲਿਖੀਆਂ ਚਿੱਠੀਆਂ ਦਾ ਪੰਜਾਬ ਮੰਗਦਾ ਹੈ ਜਵਾਬ ਤੁਹਾਨੂੰ ਪਤਾ ਹੈ ਕਾਲੇ ਕਾਨੂੰਨ ਬਣਾਉਣ 'ਚ ਹਿੱਸੇਦਾਰ ਰਹੇ ਆ ਕੈਪਟਨ ਸਾਹਿਬ ਨੇ ਆਪ ਫੋਨ ਕਰਕੇ ਉਸ ਕਮੇਟੀ ਦਾ ਹਿੱਸਾ ਬਣਨ ਦੀ ਮੰਗ ਕੀਤੀ ਸੀ ਮੋਦੀ ਸਾਹਿਬ ਤੋਂ ਕਾਲੇ ਬਨੂਨ ਕਾਲੇ ਕਾਨੂੰਨ ਬਣਾਉਣ ਦਾ ਵੀ ਤੁਸੀਂ ਹਿੱਸਾ ਸੀ ਸੱਤ ਮੁੱਖ ਮੰਤਰੀਆਂ ਦੀ ਕਮੇਟੀ ਦਾ ਵੀ ਕੋਈ ਕਿੱਸਾ ਸੀ ਪੰਜਾਬ ਦੀ ਖੁਸ਼ਹਾਲੀ ਤੋਂ ਕੰਗਾਲੀ ਦਾ ਤੇ ਘੁੱਗਵਸ ਦੀ ਹਰੀਆਲੀ ਤੋਂ ਮੰਦਾਲੀ ਦਾ ਪੰਜਾਬ ਮੰਗਦਾ ਹੈ ਜਵਾਬ ਕੱਚੇ ਮੁਲਾਜ਼ਮ ਬੈਠੇ ਧਰਨੇ ਨੂੰ ਤੇ ਟੈਂਕੀਆਂ ਤੇ ਚੜ੍ਹ ਕੇ ਮਰਨੇ ਨੂੰ EMPLOYEE ਅੱਕੇ ਫਿਰਨ ਮਹਿੰਗਾਈ ਤੋਂ ਇਸ ਵਾਰ DA ਦੀ ਕਿਸ਼ਤ ਜੁਲਾਈ ਤੋਂ ਇਸ ਗੱਲ ਦਾ ਵੀ ਪੰਜਾਬ ਮੰਗਦਾ ਹੈ ਜਵਾਬ ਫਸਰਦੇ ਜਾਂਦੇ ਕਰੋਨਾ ਦਾ ਤੇ ਡਰੱਗ ਲਿਆਉਂਦੇ ਡਰੋਨਾਂ ਦਾ ਜਿਹੜੇ ਪਾਕਿਸਤਾਨ ਤੋਂ ਕੈਪਟਨ ਸਾਹਿਬ ਕਹਿੰਦੇ ਡਰੋਨ ਡਰੱਗ ਲਿਆਉਂਦੇ ਆ ਫਸਰਦੇ ਜਾਂਦੇ ਕਰੋਨਾ ਦਾ ਤੇ ਡਰੱਗ ਲਿਆਉਂਦੇ ਡਰੋਨਾਂ ਦਾ ਨਜਾਇਜ਼ ਸ਼ਰਾਬ ਫੈਕਟਰੀਆਂ ਦੇ ਸ਼ੋਰ ਦਾ ਤੇ ਫਿਰ ਭਰਤੀ ਕਰਲੇ ਪ੍ਰਸ਼ਾਂਤ ਕਿਸ਼ੋਰ ਦਾ ਪੰਜਾਬ ਮੰਗਦਾ ਹੈ ਹਿਸਾਬ ਤੇ ਆਖਰੀ ਆ ਕਿ ਐਸੀ ਵਜੀਫੇ ਦੀ ਵਜੀ ਠੱਗੀ ਦਾ ਤੇ ਘਰ ਘਰ ਨੌਕਰੀ ਪੱਕੀ ਦਾ ਤੇ ਗਵਰਨਰ ਲਈ ਵਿਛਦੇ ਰੈੱਡ ਮੈਟ ਦਾ ਤੇ ਪੈਟਰੋਲ ਡੀਜ਼ਲ ਤੇ ਵਾਧੇ ਵੈਟ ਦਾ ਪੰਜਾਬ ਮੰਗਦਾ ਹੈ ਹਿਸਾਬ ਮਹਿੰਗੀ ਬਿਜਲੀ ਦੀ ਮਾਰਦਾ ਤੇ ਸਿਸਵਾ ਫਾਰਮ ਤੋਂ ਚੱਲਦੀ ਸਰਕਾਰ ਦਾ ਪੰਜਾਬ ਮੰਗਦਾ ਹੈ ਹਿਸਾਬ ਇਹ 4 ਸਾਲ ਫੇਰ ਹੋਣ ਫੇਲ ਹੋਣ ਤੋਂ ਬਾਅਦ ਇੰਨਾ ਨੇ ਫੇਰ ਪ੍ਰਸ਼ਾਂਤ <strong>ਕਿਸ਼ੋਰ</strong> ਨੂੰ ਹਾਇਰ ਰੇਸ ਲਈ ਕੀਤਾ ਪਹਿਲਾਂ ਤੇ ਉਹਨੇ ਹਸਾਬ ਲਿਆ ਆ ਕਿ ਪਿਛਲਾ ਵੀ ਇਹਦਾ ਬਕਾਇਆ ਰਹਿੰਦਾ ਸੀ ਉਹ ਵੀ ਕਹਿੰਦੇ ਕਰੋੜਾਂ ਰੁਪਏ ਲੈ ਸੋਰਸਿਸ ਹੀ ਦੱਸਦੇ ਆ ਤੇ ਫੇਰ ਅਗਾ ਵੀ ਉਹਨੂੰ ਕਰੋੜਾਂ ਰੁਪਏ ਲਈ ਬੁੱਕ ਕੀਤਾ ਤੇ ਨਾਂ ਲਿਆ ਵੀ 1 ਰੁਪਏ ਦੇ ਵਿੱਚ ਉਹਨਾਂ ਨੇ ਇਹਨੂੰ ਜਿਹੜਾ 1 ਰੁਪਏ ਦੇ ਉੱਤੇ ਨੌਕਰੀ ਦੇ ਲਾ ਦਿੱਤਾ ਕੈਬਨਿਟ ਰੈਂਕ ਦੇ ਕੇ ਇਹ ਕੈਪਟਨ ਸਾਹਿਬ ਦੀ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਵਿਫਲ ਹੋ ਚੁੱਕੀ ਆ ਹੁਣ ਤੇ ਗਿਣਤੀ ਦੇ ਦਿਨ ਰਹਿ ਗਏ ਆ ਹੁਣ ਇਹਨਾਂ ਨੇ ਏ ਕੈਪਟਨ ਸਾਹਿਬ ਤੇ ਉਸ ਦਿਨ ਸੌ ਤੋਂ ਵੀ ਮੁਕਰ ਗਏ ਜਿਹੜੀ ਉਹ ਕਹਿੰਦੇ ਵੀ ਮੈਂ ਨਸ਼ੇ ਦਾ ਲੱਕ ਨਸ਼ਾ ਮਕਾਉਣ ਲਈ ਨਹੀਂ ਨਸ਼ੇ ਦਾ ਲੱਕ ਤੋੜਨ ਲਈ ਸੌ ਖਾਧੀ ਸੀ ਉਹਨੂੰ ਲੋਕ ਉਹਨਾਂ ਆਪਾਂ ਦੇਖਿਆ ਵੀਡੀਓ ਹੁਣ ਅੱਜ ਕੱਲ ਤੇ ਮੌਜੂਦ ਰਹਿੰਦੀਆਂ ਲੋਕ ਕੰਪੈਰੀਜ਼ਨ ਵੀ ਕਰ ਲੈਂਦੇ ਆ ਕੈਪਟਨ ਸਾਹਿਬ ਦਾ ਜਿਹੜਾ ਸ਼ਾਸਨ ਆ ਉਹ ਸ਼ਾਇਦ ਆਖਰੀ ਬਜਟ ਇਹਨਾਂ ਨੇ ਪੇਸ਼ ਕਰਨਾ ਸੀ ਉਹ ਕਰਤਾ ਉਹ ਜਿਹੜੇ ਲਾਰੇ ਜਿਹੜੇ ਵਾਦੇ ਜਿਨ੍ਹਾਂ ਦੇ ਉਚਾਲੇ 'ਚ ਸਮਝ ਲਓ ਵੀ ਸਾਡੇ ਪੰਜਾਬੀ ਵੀਰ ਆਗੇ ਸੀ ਉਹ ਵੀ ਹੁਣ ਇਸ ਗੱਲ ਤੋਂ آگਾਹ ਹੋ ਚੁੱਕੇ ਆ ਕਿ ਇਹ ਅਸੀਂ ਹੁਣ ਇਨ੍ਹਾਂ ਲਾਰਿਆਂ ਦੇ ਵਿੱਚ ਨਹੀਂ ਫਸਣਾ ਤੇ ਹੁਣ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕ ਜ਼ਰੂਰ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੂਰੇ ਦਮ ਤੇ ਆਪਣੇ ਦਮ ਤੇ ਕੱਲਿਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊ ਇੱਥੇ ਸਟੈਂਡ ਕਰਦੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਕਿਉਂਕਿ ਲਗਾਤਾਰ ਹੀ ਬਹੁਤ ਸਾਰੇ ਜਿਹੜੇ ਇਲਜ਼ਾਮ ਵੀ ਸ਼੍ਰੋਮਣੀ ਅਕਾਲੀ ਦਲ ਤੇ ਲੱਗੇ ਬੀਤੀ ਇਲੈਕਸ਼ਨ ਦੀ ਗੱਲ ਕੀਤੀ ਤਾਂ ਵੀ ਕਾਫੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸੀਗੇ ਜਿਹੜੇ ਬੇਅਦਬੀ ਦੇ ਇਲਜ਼ਾਮ ਜਿਹੜੇ ਨੇ ਉਹਨਾਂ ਤੇ ਲੱਗਦੇ ਰਹੇ ਨੇ ਕਿਹਾ ਲੱਗਦਾ ਹੈ ਕਿ ਉਹ ਤਾਂ ਉੱਬਰ ਪਾਏ ਆ ਜੇਕਰ ਉੱਭਰ ਪਾਏ ਆ ਤੇ ਸ਼ਾਇਦ ਲੱਗਦਾ ਨਹੀਂ ਕਿ ਕਾਂਗਰਸ ਇਸ ਦੁਆਰ ਇਹਨੂੰ ਦੁਬਾਰਾ ਜਗ ਜਾਹਰ ਵੀ ਕਰੇਗੀ ਕਿਉਂਕਿ ਉਹ ਕਹਿ ਰਹੇ ਨੇ ਕਿ ਹੁਣ ਜਿਸ ਤਰ੍ਹਾਂ ਵੱਡੇ ਬਾਦਲੂ ਸਾਹਿਬ ਨੂੰ ਪੁੱਛੇ ਕਿ ਇਸ ਵਾਸਤੇ ਭੇਜਿਆ ਜਾ ਰਿਹਾ ਜਾਂ ਸੁਖਬੀਰ ਸਿੰਘ ਬਾਦਲ ਕੋ ਪੁਸ਼ਕਿਸ਼ ਕੀਤੀ ਜਾ ਰਹੀ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਕੋ ਪੁਸ਼ਕਿਸ਼ ਕੀਤੀ ਜਾ ਰਹੀ। ਕੀ ਲੱਗਦਾ ਨਹੀਂ ਫਿਰ ਦੁਬਾਰਾ ਉਸੇ ਹੀ ਟਨਯੋਰ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਲੋਕਾਂ ਦੀਆਂ ਜਿਹੜੀਆਂ ਰਿਲੀਜੀਅਸ ਫੀਲਿੰਗਸ ਆ ਆਪਾਂ ਜਿਹੜੇ ਪੰਜਾਬੀ ਆ ਉਹ ਧਾਰਮਿਕ ਤੌਰ ਤੇ ਜਿਸ ਧਰਮ ਨਾਲ ਜੁੜੇ ਆ ਆਪਾਂ ਉਸ ਗੱਲ ਨਾਲ ਬਹੁਤ ਛਿੱਤੀ ਖਿੱਚੇ ਜਾਂਦੇ ਆ। ਸਾਡੀਆਂ ਰਿਲੀਜੀਅਸ ਫੀਲਿੰਗਸ ਨੂੰ ਕੋਈ ਵੀ ਜਿਹੜਾ ਉਹ ਐਕਸਪਲੋਇਟ ਕਰ ਲੈਂਦਾ ਚਾਰ ਸਾਲ ਉਹਨਾਂ ਚੀਜ਼ਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਕੋਈ ਉਸ ਗੱਲ ਬਾਰੇ ਨਹੀਂ ਲੋਕਾਂ ਨੂੰ ਦੱਸਿਆ ਗਿਆ ਵੀ ਕੋਈ ਆਪਾਂ ਕਹਿੰਦੇ ਵੀ ਅਸੀਂ ਆਹ ਕਰਦੇਾਂਗੇ ਉਹ ਕਰਦੇਾਂਗੇ ਕੁਝ ਨਹੀਂ ਹੋਇਆ ਪਰ ਜਿਉਂ-ਜਿਉਂ ਇਲੈਕਸ਼ਨ ਲਾਗੇ ਆ ਰਹੀ ਹੈ ਹੁਣ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਫੇਰ ਦੁਬਾਰਾ ਚੇਤੇ ਆਊਗਾ ਮੈਂ ਇਹ ਗੱਲ ਤੁਹਾਡੇ ਇਸ ਚੈਨਲ ਰਾਹੀਂ ਸਾਰੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2012 ਤੋਂ 17 ਤੱਕ ਸੀ ਤੇ ਕੋਈ ਵੀ ਸਰਕਾਰ ਜਦੋਂ ਉਹਨੂੰ ਫੇਰ ਤੀਸਰੀ ਵਾਰ ਆਉਣ ਬਾਰੇ ਪੂਰਾ ਯਕੀਨ ਹੋਵੇ ਕੰਫੀਡੈਂਸ ਹੋਵੇ ਕਿ ਅਸੀਂ ਤੀਸਰੀ ਵਾਰ ਵੀ ਆ ਸਕਦੇ ਹਾਂ ਤੇ ਉਹ ਕਦੇ ਵੀ ਕੋਈ ਐਹੋ ਜੀ ਗੱਲ ਨਹੀਂ ਕਰੂਗੀ ਜਿਹਦੇ ਨਾਲ ਉਹਦੀ ਇਮੇਜ ਨੂੰ ੱਤਕਾ ਲੱਗੇ ਇਹ ਕਾਮਨ ਸੈਂਸ ਦਾ ਕੁਐਸਚਨ ਹੈ ਵੀ ਉਹ ਕਦੇ ਵੀ ਨਹੀਂ ਚਾਹੂਗੀ ਹਾਂ ਕੁਝ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਕੁਝ ਖਾਮੀਆਂ ਉਸ ਸਮੇਂ ਰਹਿ ਗਈਆਂ ਉਸ ਸਾਰੇ ਮਸਲੇ ਨੂੰ ਬੜਾ ਹੀ ਗੰਭੀਰ ਸੀ ਸਾਡੇ ਗੁਰੂ ਦਾ ਮਸਲਾ ਸੀ ਉਹਨੂੰ ਹੈਂਡਲ ਕਰਨ ਦੇ ਵਿੱਚ ਥੱਲੇ ਕੁਝ ਅਫਸਰਾਂ ਕੋਲੋਂ ਕਿਹ ਗੱਲ ਦੀ ਕਟਾਈ ਹੋ ਗਈ ਹੋਊਗੀ ਪਰ ਪਾਰਟੀ ਪਾਰਟੀ ਸਦਾ ਉਸ ਗੁਰੂ ਦੀ ਓਟ ਆਸਰਾ ਲੈ ਕੇ ਚੱਲਦੀ ਰਹੀ ਹੈ ਸਾਡੇ ਲਈ ਉਹ ਓਨੇ ਹੀ ਸਤਕਾਰਯੋਗ ਰਿਏ ਕਿੰਨੇ ਕਿਸੇ ਹੋਰ ਲਈ ਨੇ ਉਹਨਾਂ ਦੀ ਬੇਦਬੀ ਕੋਈ ਵੀ ਸਿੱਖ ਜਿਹੜਾ ਗੁਰਨਾਨਕ ਨਾਮ ਲੇਵਾ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਲਈ ਪੂਰਾ 바ਜਿੱਦ ਸੀ ਇਸ ਗੱਲ ਲਈ پابੰਦ ਸੀ ਕਿ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਵਾਈ ਜਾਵੇ। ਆਖਰ ਮੇਰਾ ਕੁਐਸਚਨ ਹੈ ਜੀ ਕਿ ਜਿਹੜੇ ਸਰਸਾ ਸਾਹਿਬਾ ਦਿੱਲੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਉਹਨਾਂ ਦਾ ਰੋਲ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਨੌਜਵਾਨ ਬੜੇ ਫੜੇ ਗਏ ਸੀਗੇ ਹੁਣ ਹਾਲਾਂਕਿ ਦੀਪ ਸਿੱਧੂ ਦਾ ਨਾਮ ਜਿਹੜਾ ਆਰਐਸਐਸ ਦੇ ਨਾਲ ਲਿੱਤਾ ਜਾ ਰਿਹਾ ਉਹ ਕਹਿ ਰਹੇ ਕਿ ਨੌਜਵਾਨ ਸਾਡੇ ਪੰਜਾਬ ਦਾ ਉਹਨੂੰ ਛਡਾਉਣ ਵਾਸਤੇ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਮੇਰਾ ਲਾਸਟ ਕੁਐਸਚਨ ਹੈ ਦੇਖੋ ਉਹਨਾਂ ਨੇ ਬੜਾ ਹੀ ਸ਼ਾਨਦਾਰ ਕੰਮ ਕੀਤਾ ਸਰਸਾ ਸਾਹਿਬ ਨੇ ਬਹੁਤ ਲਾ ਮਿਸਾਲ ਕੰਮ ਕੀਤਾ ਉਹਨਾਂ ਨੂੰ ਜਦੋਂ ਸ਼ੁਰੂਆਤ ਦੇ ਵਿੱਚ ਕਿਸਾਨੀ ਸੰਘਰਸ਼ ਕੁਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਕੁਝ ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਪਰ ਉਹ ਹਟੇ ਨਹੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਤੱਕ ਉੱਥੇ ਬਾਰਡਰ ਦੇ ਉੱਤੇ ਲੰਗਰ ਜਾਰੀ ਹੈ ਜਿੰਨੇ ਸਿੰਘ ਜਿਹੜੇ ਆ ਜਿੰਨੇ ਪੰਜਾਬੀ ਜਿਹੜੇ ਕਿਸਾਨ ਜਿਹੜੇ ਆ ਵੱਖ-ਵੱਖ ਸਟੇਟਾਂ ਦੇ ਉਹ ਉੱਥੇ ਝੂਠੇ ਕੇਸਾਂ ਦੇ ਵਿੱਚ ਫੜ ਕੇ ਦਿੱਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਰਿਹਾ ਕਰਾਉਣ ਦਾ ਜਿਹੜਾ ਬੀੜਾ ਚੁੱਕਿਆ ਉਹਨਾਂ ਨੇ ਇੱਕ ਲੀਗਲ ਟੀਮ ਬਣਾਈ ਉਹਨੂੰ ਪੂਰਾ ਪਰਸਿਊ ਕੀਤਾ ਉਸ ਕਮੇਟੀ ਉਹਨਾਂ ਨੇ ਪਰਸਨਲੀ ਉਹਨਾਂ ਕੇਸਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਜਿਹੜੇ ਅੰਦਰ ਸੀ ਉਹਨਾਂ ਨੂੰ ਮਿਲੇ ਜੇਲ੍ਹਾਂ 'ਚ ਜਾ ਕੇ ਤੇ ਉਹਨਾਂ ਨੂੰ ਛਡਵਾਉਣ ਦਾ ਜੋਰ ਉਹਨਾਂ ਨੇ ਤਹਈਆ ਕੀਤਾ ਸੀ ਉਹਦੇ ਚੋਂ ਕਾਮਯਾਬ ਹੋਏ ਆ ਉਹਨਾਂ ਨੇ ਸਿੱਖ ਕੌਮ ਦਾ ਜੋ ਫਰਜ਼ ਸੀ ਇੱਕ ਸੇਕ ਕੌਮ ਦੇ ਲੀਡਰ ਹੋਣ ਵਜੋਂ ਜੋ ਵੀ ਉਹ ਉਹਨੂੰ ਬਾਖੂ ਵੀ ਉਹਨਾਂ ਨੇ ਨਿਭਾਇਆ ਅਸੀਂ ਉਹਨਾਂ ਦਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਆ ਪਿੱਛੇ ਜਿਹੜੇ ਭਾਈ ਰਣਜੀਤ ਸਿੰਘ ਜੀ ਜਿਹੜੇ ਉਹ ਨਵਾਂ ਸ਼ਹਿਰ ਵਾਲੇ ਜਿਹੜੇ ਉਹ ਉੱਥੋਂ ਰਿਹਾਰ ਕੇ ਆਏ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਵੀ ਗਏ ਤੇ ਉਹ ਇੱਕ ਚੀਜ਼ਾਂ ਸਿੰਬੋਲਿਕ ਹੀ ਹੁੰਦੀਆਂ ਕਿ ਉਹ ਹਿੰਮਤ ਕੌਣ ਕਰਦਾ ਉਹਨਾਂ ਨੇ ਹਿੰਮਤ ਕੀਤੀ ਤੁਸੀਂ ਵੇਖੋ ਵੀ ਜਿਹੜੀ ਕੇਜਰੀਵਾਲ ਸਾਹਿਬ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਉਹਨੇ ਉਹਨਾਂ ਕਿਸਾਨਾਂ ਦੀ ਬੇਲ ਦਾ ਵਿਰੋਧ ਕੀਤਾ ਉਹਨਾਂ ਅਦਾਲਤਾਂ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਵਕੀਲ ਸੀ ਉਹਨਾਂ ਨੇ ਉਹਨਾਂ ਦੀ ਬੇਲ ਕਰਾਈ ਅਦਾਲਤ ਦੇ ਵਿੱਚ ਜਾਂ ਤੇ ਉਹ ਕਹਿੰਦੇ ਵੀ ਹਾਂਜੀ ਅਸੀਂ ਵੀ ਤੁਹਾਡੇ ਇਸ ਬੇਲ ਦਾ ਕੋਈ ਵਿਰੋਧ ਨਹੀਂ ਕਰਦੇ ਆਪੋਜ਼ ਨਹੀਂ ਕਰਦੇ ਜੀ ਬੇਲ ਕਰ ਦਿੱਤੀ ਜਾਵੇ ਪੈਰ ਪੈਰ ਤੇ ਤੇ ਇਹ ਕੇਜਰੀਵਾਲ ਸਾਹਿਬ ਦੇ ਜਿਹੜੇ ਸਰਕਾਰੀ ਵਕੀਲ ਉਹਨਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਤੇ ਹੁਣ ਉਹਨਾਂ ਦੇ ਮਤਲਬ ਡਬਲ ਸਟੈਂਡਰਡ ਨਹੀਂ ਇੱਕ ਤੇ ਡਬਲ ਫੇਸਡ ਹੁੰਦੇ ਕਈ ਮਲਟੀਫੇਸਡ ਇਹ ਜਿਹੜੀ ਕੇਜਰੀਵਾਲ ਸਾਹਿਬ ਦੀ ਸਰਕਾਰ ਹੈਗੀ ਹੈ ਮਲਟੀਫੇਸ ਜਿਹੜੀ ਆ ਉਹ ਕੇਜਰੀਵਾਲ ਦੀ ਗਵਰਨਮੈਂਟ ਹੈ ਔਰ ਲਗਾਤਾਰ ਹੀ ਜਦੋਂ ਵੀ ਪੰਜਾਬ ਦੇ ਦੌਰੇ ਤੇ ਹੁੰਦੇ ਨੇ ਅਰਵਿੰਦ ਕੇਜਰੀਵਾਲ ਹਮੇਸ਼ਾ ਹੀ ਵਿਵਾਦਿਤ ਘੇਰਿਆਂ ਦੇ ਵਿੱਚ ਪਾਏ ਜਾਂਦੇ ਨੇ ਅਗਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਇੱਕ ਸਰਵੇਖਣ ਸਾਹਮਣੇ ਆਇਆ ਸੀਗਾ ਜਿਸ ਵਿੱਚ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀ ਗਵਰਨਮੈਂਟ ਬਣਦੀ ਹੋਈ ਨਜ਼ਰ ਆਈ ਲੇਕਿਨ ਜੋ ਸਪੋਕਸ ਪਰਸਨ ਹੈ ਅਕਾਲੀ ਦਲ ਦੇ ਆਰਪੀ ਮੈਨੇਜਰ ਉਹਨਾਂ ਦਾ ਕਹਿਣਾ ਕਿ ਸਿਰਫ ਇੱਕ ਪਲੈਂਟ ਜਿਹੜੀ ਹੈ ਸਰਵਿਸ ਤੇਗਾ ਔਰ ਲਗਾਤਾਰ ਹੀ ਜੇਕਰ ਉਹਨਾਂ ਨੂੰ ਇੰਨਾ ਹੀ ਦੁੱਖ ਸੀਗਾ ਕਿਸਾਨੀ ਅੰਦੋਲਨ ਦਾ ਅਤੇ ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰਨਾ ਚਾਹੁੰਦੇ ਸੀ ਤੇ ਬਿਲਕੁਲ ਨਾਲ ਹੀ ਸੀਗਾ ਉਹਨਾਂ ਦੇ ਲਾਗੇ ਜਿਹੜਾ ਸੀਗਾ ਟਿਕਰੀ ਬਾਰਡਰ ਸੀਗਾ ਸਿੰਘੂ ਬਾਰਡਰ ਸੀਗਾ ਜਾਂ ਗਾਜੀਪੁਰ ਬਾਰਡਰ ਸੀਗਾ ਉੱਥੇ ਜਾ ਕੇ ਵੀ ਕਰ ਸਕਦੇ ਲੇਕਿਨ ਇਹ ਜਿਹੜਾ ਹੁਣ ਇਸ ਵਾਰ ਜਿਹੜਾ ਆ 2022 ਜਿਹੜਾ ਆ ਉਹ ਚੋਣਾ ਚੋਣਾ ਜਿਹੜੀਆਂ ਉਹ ਆ ਲੱਗੀਆਂ ਨੇ ਇਸ ਕਰਕੇ ਸਿਰਫ ਕਰਵਿੰਦ ਕੇਜੀਵਾਲ ਸਿਰਫ ਉਹ ਸਿਰਫ ਪੰਜਾਬ ਨੂੰ ਵੋਟ ਬੈਂਕਿੰਗ ਨਾਲ ਦੇਖ ਰਹੇ ਨੇ ਹੋਰ ਕੁਝ ਨਹੀਂ ਅਰੇ ਉਹਨਾਂ ਦਾ ਜੋ ਮਨਜੇਦਰ ਸਿੰਘ ਸੱਸਾ ਵੱਲੋਂ ਜੋ ਦਲੀਪ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ ਜੋ ਕਿਸਾਨੀ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਦਾ ਵੀ ਉਹਨਾਂ ਵੱਲੋਂ ਜਿਹੜਾ ਆ ਸਵਾਗਤ ਕੀਤਾ ਗਿਆ ਔਰ ਕਿਆ ਹੀ ਜਾ ਰਿਹਾ ਕਿ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਤੋਂ ਆਪਣੀ ਜਿਹੜੀ ਸਰਕਾਰ ਜ਼ਰੂਰ ਬਣਾਵੇਗੀ ਕੈਮਰਾਮੈਨ ਜੈਪ੍ਰੀਤਨ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ